ਪੰਜਾਬੀ ਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮਿੱਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀ ਏ ਕਾਫੀਏ ਨੀ ਕੀਨੇ ਤੇਰਾ ਲਾ ਲਿਆ ਸ਼ਿੰਗਾਰ। ਪੰਜਾਬੀ ਭਾਸ਼ਾ ਪੰਜਾਬ ਵਿੱਚ ਤੀਜੇ ਨੰਬਰ 'ਤੇ ਕਿਉਂ? ਕੀ ਸਾਡੇ ਕੋਲ ਇਹਦਾ ਕੋਈ ਜਵਾਬ ਹੈ? ਸ਼ਾਇਦ ਨਹੀਂ। ਅਸੀਂ ਪੰਜਾਬੀ ਹੋ ਕੇ ਪੰਜਾਬੀ ਲਈ ਕੀ ਕਰ ਰਹੇ ਹਾਂ? ਸ਼ਾਇਦ ਕੁਝ ਵੀ ਨਹੀਂ। ਪਰ ਇੱਕ ਇਨਸਾਨ ਕਰਨਾਟਕ ਤੋਂ ਆ ਕੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਜੀ ਤੋੜ ਮਿਹਨਤ ਕਰ ਰਿਹਾ ਹੈ। ਸਰਕਾਰੀ ਕਾਲਜ ਚੰਡੀਗੜ੍ਹ ਸੈਕਟਰ 46 ਵਿੱਚ ਸ਼ਸ਼ੌਲਜੀ ਪੜ੍ਹਾ ਰਹੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੀ ਨੂੰ ਪੜ੍ਹਾਉਂਦੇ ਸਮੇਂ ਪੰਜਾਬੀ ਨਾਲ ਇੰਨਾ ਲਗਾਓ ਹੋਇਆ ਕਿ ਪੰਜਾਬੀ ਭਾਸ਼ਾ ਦਾ ਮਿਆਰ ਉੱਚਾ ਚੱਕਣ ਲਈ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦਿਵਾਉਣ ਲਈ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੇ ਹਨ। ਆਪਣੇ ਸਾਈਕਲ ਦੇ ਅੱਗੇ 35 ਦਾ ਬੋਰਡ ਲਗਾ ਕੇ ਪੰਜਾਬੀ ਦਾ ਪ੍ਰਚਾਰ ਕਰਦੇ ਹਨ। ਕਾਲਜ, ਬਾਜ਼ਾਰ, ਹਰ ਜਗ੍ਹਾ ਇਹ ਆਪਣਾ ਸਫ਼ਰ ਇਸੇ ਸਾਈਕਲ 'ਤੇ ਤੈਅ ਕਰਦੇ ਹਨ। ਪੰਜਾਬੀ ਲਿਖਣਾ ਆਉਂਦੀ ਹੈ ਤੁਹਾਨੂੰ? ਪੰਜਾਬੀ ਥੋੜ੍ਹਾ ਜਿਹਾ, ਹਾਂ ਕਿਵੇਂ ਹੋ ਜੀ? ਪੰਜਾਬੀ ਨਹੀਂ ਆਉਂਦੀ ਹੈ ਇਹ, ਤੁਸੀਂ ਇਹ ਦੇਖ ਕੇ ਲਿਖੋ, ਹੁਣੀ 35 ਰੁਪਏ ਦੇ ਦੇਣਾ। ਕਾਕਾ, ਦਾਦਾ, ਦਾਦਾ, ਨਾਨਾ, ਪਾਪਾ, ਪਾਪਾ, ਬਾਬਾ, ਬਾਬਾ, ਮਾਮਾ, ਯਾਇਆ, ਰਾਰਾ, ਲੱਲਾ, ਬਾਬਾ, ਰਾੜਾ, ਸੱਸਾ ਫਿਰ ਬਿੰਦੀ ਸਾਹਿਬ ਬੋਲੇ ਜੀ। ਮੇਰਾ ਨਾਮ ਪੰਡਿਤ ਰਾਓ ਧਰੇਨਵਰ ਹੈ, ਮੈਂ ਕਰਨਾਟਕ ਤੋਂ ਹਾਂ। ਅਸਲ ਵਿੱਚ 2003 ਦੇ ਵਿੱਚ ਮੈਂ ਸਹਾਇਕ ਪ੍ਰੋਫੈਸਰ ਵਜੋਂ ਸਰਕਾਰੀ ਕਾਲਜ ਸੈਕਟਰ 46 ਵਿੱਚ ਮੈਂ ਸਹਾਇਕ ਪ੍ਰੋਫੈਸਰ ਵਜੋਂ ਜੁਆਇਨ ਕਰਨ ਤੋਂ ਬਾਅਦ 2005 ਤੱਕ ਮੈਂ ਅੰਗਰੇਜ਼ੀ ਵਿੱਚ ਹੀ ਸੋਸ਼ੋਲੋਜੀ ਪੜ੍ਹਾਉਂਦੇ ਰਿਹਾ। ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸਾਡੇ ਕਲਾਸ ਦੇ ਵਿੱਚ 80% ਵੱਧ ਬੱਚੇ ਪੰਜਾਬ ਤੋਂ ਆਉਂਦੇ ਨੇ, ਅਤੇ ਮੈਂ ਅੰਗਰੇਜ਼ੀ ਵਿੱਚ ਪੜ੍ਹਾਉਂਦਾ ਰਿਹਾ ਅਤੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਪੰਜਾਬੀ ਵਿੱਚ ਹੀ ਪੜ੍ਹਾਉਣ ਦੀ ਲੋੜ ਹੈ, ਪੰਜਾਬੀ ਸਿੱਖ, ਇਸ ਲਈ ਮੈਂ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਭਾਸ਼ਾ ਵਿੱਚ ਹੀ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪਰ ਇੱਕੋ ਇੱਕ ਪਰਮਾਤਮਾ ਦੀ ਮਿਹਰ ਇੰਨੀ ਹੋਈ ਹੈ, ਪੰਜਾਬੀ ਭਾਸ਼ਾ ਪਵਿੱਤਰ ਗੁਰਮੁਖੀ ਸਿੱਖਣ ਤੋਂ ਬਾਅਦ ਪਹਿਲਾ ਕਾਰਜ ਇਹ ਹੋਇਆ, ਮੇਰੇ ਗੁਰੂ ਨਾਨਕ ਦੇਵ ਜੀ ਵੱਲੋਂ ਜਾਪਿਆ ਸ਼੍ਰੀ ਜਪਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਹੋਇਆ। ਉਸ ਤੋਂ ਬਾਅਦ ਇੱਕੋ ਇੱਕ ਪਰਮਾਤਮਾ ਦੀ ਮਿਹਰ ਇੰਨੀ ਹੋਈ, ਸੁਖਮਨੀ ਸਾਹਿਬ, ਜਫਰਨਾਮਾ, ਆਸ਼ਾ ਦੀਵਾਰ, ਨਿਤਨੇਮ ਸਾਰੇ ਕੰਨੜ ਭਾਸ਼ਾ ਵਿੱਚ ਅਨੁਵਾਦ ਹੋਈ। ਉਸ ਤੋਂ ਬਾਅਦ ਇਸ ਪਵਿੱਤਰ ਭਾਸ਼ਾ ਦੀ ਮਹੱਤਤਾ ਮੈਨੂੰ ਅਹਿਸਾਸ ਹੋਇਆ ਹੈ। 22 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਵਸਣ ਵਾਲੀ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਪੰਜਾਬੀ ਭਾਸ਼ਾ ਦੀ ਨਾਮੋ ਨਿਸ਼ਾਨ ਮਿਟਾ ਗਿਆ ਹੈ। ਇੱਥੇ ਕਿੱਥੇ ਵੀ ਪੰਜਾਬੀ ਨਹੀਂ ਲਿਖਿਆ ਗਿਆ ਸੀ ਬੋਰਡ ਦੇ ਵਿੱਚ ਵੀ, ਦਫ਼ਤਰੀ ਭਾਸ਼ਾ ਵਜੋਂ ਵੀ ਪੰਜਾਬੀ ਭਾਸ਼ਾ ਦਾ ਬਣਦਾ ਹੋਇਆ ਦਰਜਾ ਨਹੀਂ ਦਿੱਤਾ ਗਿਆ। ਇਸ ਲਈ ਮੈਨੂੰ ਲੱਗਿਆ ਕਿ ਇੱਥੇ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਜਗਾਉਣ ਦੀ ਲੋੜ ਹੈ। ਇਸ ਲਈ ਮੈਂ ਊੜਾ ਏੜਾ ਲਗਾ ਕੇ ਹਰ ਥਾਂ 'ਤੇ ਪਹੁੰਚ ਕੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ, ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ, ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ, ਕਿਉਂਕਿ ਇਹ ਭਾਸ਼ਾ ਨਾ ਸਿਰਫ ਭਾਸ਼ਾ ਹੈ ਬਲਕਿ ਇਹ ਵਿਰਾਸਤ ਹੈ, ਸੱਭਿਆਚਾਰ ਹੈ, ਇਤਿਹਾਸ ਹੈ, ਬਹੁਤ ਵੱਡਾ ਯੋਗਦਾਨ ਹੈ ਇਸ ਭਾਸ਼ਾ ਦੀ। ਇਸ ਲਈ ਭਾਸ਼ਾ ਦੇ ਪ੍ਰਤੀ ਪਿਆਰ ਸਤਿਕਾਰ ਜਗਾਉਣ ਲਈ ਮੈਂ ਕੰਮ ਕਰ ਰਿਹਾ। ਅਸਲ ਵਿੱਚ ਪੰਜਾਬ ਦੇ ਵਿੱਚ ਹੀ ਪੰਜਾਬੀ ਭਾਸ਼ਾ ਦੀ ਦੁਰਗਤੀ ਬਹੁਤ ਹੋਈ ਹੈ। ਉੱਥੇ ਹਾਈਵੇ 'ਤੇ ਵੀ ਪੰਜਾਬੀ ਭਾਸ਼ਾ ਥੱਲੇ ਲਿਖਿਆ ਗਿਆ, ਹਾਈਵੇ 'ਤੇ ਸਭ ਤੋਂ ਉੱਪਰ ਹਿੰਦੀ, ਉਸ ਤੋਂ ਬਾਅਦ ਅੰਗਰੇਜ਼ੀ, ਥੱਲੇ ਪੰਜਾਬੀ ਲਿਖਿਆ ਗਿਆ, ਜੋ 1963 ਲੈਂਗੁਏਜ ਆਫੀਸ਼ਲ ਲੈਂਗੁਏਜ ਐਕਟ ਦੇ ਖਿਲਾਫ ਹੈ।
ਸਭ ਤੋਂ ਉੱਪਰ ਸੂਬੇ ਦੀ ਭਾਸ਼ਾ ਪੰਜਾਬੀ ਲਿਖਾਉਣ ਦੀ ਲੋੜ ਹੈ, ਉਹ ਨਹੀਂ ਲਿਖਿਆ ਗਿਆ। ਅਤੇ ਦੂਜੀ ਤੀਜੀ ਇਹ ਸਮੱਸਿਆ ਇਹ ਹੈ ਕਿ ਪੰਜਾਬੀ ਲੋਕ ਆਪਣੀ ਅਮੀਰ ਵਿਰਾਸਤ ਤੋਂ ਬਹੁਤ ਦੂਰ ਜਾ ਰਹੇ ਨੇ। ਪੰਜਾਬੀ ਬੋਲਦੇ ਹੋ ਉਹ ਮਾਣ ਮਹਿਸੂਸ ਨਹੀਂ ਕਰਦੇ, ਇਸ ਲਈ ਮੈਂ ਊੜਾ ਏੜਾ ਲੈ ਕੇ ਹਰ ਥਾਂ 'ਤੇ ਘੁੰਮਦਾ ਹੈ। ਇਹ ਭਾਸ਼ਾ ਤੁਹਾਡੀ ਨਹੀਂ ਹੈ, ਭਾਸ਼ਾ ਸਾਡੀ ਹੈ, ਸਾਰੇ ਦੀ ਹੈ, ਸਭ ਦੀ ਹੈ। ਕਿ ਭਾਸ਼ਾ ਨੂੰ ਕਿਸੇ ਕੌਮ 'ਤੇ ਜਾਂ ਕੋਈ ਖੇਤਰ ਤੋਂ ਨਹੀਂ ਜੋੜ ਸਕਦੇ, ਇਹ ਸਭ ਭਾਸ਼ਾ ਸਭ ਦੀ ਹੋ ਸਕਦੀ ਹੈ, ਇਸ ਲਈ ਮੈਂ ਇਹ ਕੰਮ ਕਰਦਾ। ਇੱਕ ਬਹੁਤ ਹੀ ਮਹੱਤਵਪੂਰਨ ਇਹ ਹੈ ਕਿ ਪੰਜਾਬੀ ਲੋਕ ਆਪਣੀ ਇਸ ਵਿਰਾਸਤ ਤੋਂ ਦੂਰ ਜਾ ਰਹੇ ਨੇ। ਲੱਚਰ ਗਾਣੇ 'ਤੇ, ਔਰਤ ਨੂੰ ਕਮਜ਼ੋਰ ਦਰਸ਼ਨ ਵਾਲੇ ਗਾਣੇ 'ਤੇ, ਹਥਿਆਰੀ ਗਾਣੇ 'ਤੇ, ਸ਼ਰਾਬੀ ਗਾਣੇ 'ਤੇ ਰੱਜ ਕੇ ਨੱਚਦੇ ਪੰਜਾਬੀ ਲੋਕ, ਜੋ ਉਹਨਾਂ ਦੇ ਸੱਭਿਆਚਾਰ ਹੈ ਹੀ ਨਹੀਂ ਹੈ। ਪੰਜਾਬੀ ਲੋਕਾਂ ਦੀ ਸੱਭਿਆਚਾਰ ਤਾਂ ਵੱਖਰੀ ਹੈ, ਪੰਜਾਬੀ ਲੋਕਾਂ ਦੀ ਸੱਭਿਆਚਾਰ ਤਾਂ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚਣ ਵਾਲੀ ਸੱਭਿਆਚਾਰ ਹੈ। ਉਦਾਹਰਨ ਤੌਰ 'ਤੇ 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਤੋਂ ਲੈ ਕੇ 15ਵੀਂ ਸਦੀ ਦੇ ਬਾਬਾ ਨਾਨਕ ਤੋਂ ਲੈ ਕੇ 17ਵੀਂ ਸਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੱਕ ਸਾਰੇ ਦੇ ਸਾਰੇ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚੇ ਨੇ। ਲੇਕਿਨ ਅਸਲ ਵਿੱਚ ਆਧੁਨਿਕ ਕਾਲ ਦੇ ਵਿੱਚ ਲੱਚਰ ਗਾਣਾ ਬਣਾ ਕੇ ਇਸ ਪਵਿੱਤਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਲੋਕ ਕਲਾਕਾਰ ਕਹਿੰਦੇ ਨੇ ਆਪਣੇ ਆਪ ਨੂੰ। ਮੈਂ ਨਹੀਂ ਮੰਨਦਾ ਇਹਨਾਂ ਨੂੰ, ਔਰਤ ਨੂੰ ਕਮਜ਼ੋਰ ਦਰਸ਼ਨ ਗਾਣੇ ਵਾਲੇ। ਚੰਡੀਗੜ੍ਹ 'ਚ ਕੁੜੀ ਮਿਲੀ ਚਾਕਲੇਟ ਵਰਗੀ, ਔਰਤ ਨੂੰ ਤੁਸੀਂ ਭੋਗਣ ਵਾਲੇ ਵਾਸਤੇ ਬਣਾ ਕੇ ਰੱਖਿਆ ਹੋਇਆ ਹੈ। ਲੱਕ ਕੁੜੀ ਦਾ, 28 ਕੁੜੀ ਦਾ ਕੋਈ ਪੁੱਛਣ ਵਾਲਾ ਇਹਨਾਂ ਲੋਕਾਂ ਨੂੰ? ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਕੇ, ਵਰਤੋਂ ਕਰਕੇ ਇਹੋ ਜਿਹਾ ਲੱਚਰ ਗਾਣੇ 'ਤੇ ਪੰਜਾਬੀ ਲੋਕਾਂ ਨੂੰ ਤੁਸੀਂ ਨਹੀਂ ਨਚਾ ਸਕਦੇ। ਇਸ ਲਈ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਵੀ PIL ਪਾਇਆ ਹੈ, ਸੁਣਵਾਈ ਚੱਲ ਰਹੀ ਹੈ ਜੀ, ਕੱਲ੍ਹ ਵੀ ਸੁਣਵਾਈ ਮੈਂ ਪੇਸ਼ ਹੋਣ ਵਾਲਾ ਹਾਂ। ਕਾਨੂੰਨ ਦਾ ਪਾਣਵੇਂ ਪੰਜਾਬੀ ਸੱਭਿਆਚਾਰ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ, ਸੁੰਦਰਤਾ ਨੂੰ ਹਰ ਥਾਂ 'ਤੇ ਪਹੁੰਚਾਉਣ ਦੀ ਲੋੜ ਹੈ। ਆਖਰੀ ਵਿੱਚ ਮੈਂ ਇੱਕ ਤੁਹਾਨੂੰ ਦੱਸਣਾ ਕਿ ਪੰਜਾਬੀ ਭਾਸ਼ਾ ਦੇ ਮਹੱਤਤਾ, ਮੈਂ ਆਖਰੀ ਸਾਹ ਤੱਕ ਇਸ ਭਾਸ਼ਾ ਦੀ ਸੇਵਾ ਕਰਦਾ ਰਹਾਂਗਾ। ਸਾਡੇ ਦੇਸ਼ ਦੇ ਕੋਨੇ ਕੋਨੇ 'ਤੇ ਪੰਜਾਬੀ ਪ੍ਰਚਾਰ ਸਭਾ ਖੋਲ੍ਹਾਂਗਾ। ਸੰਤ ਰਾਮ ਉਦਾਸੀ, ਸ਼ਿਵ ਕੁਮਾਰ ਬਟਾਲਵੀ, ਭਾਸ਼ ਦੇ ਹਰ ਇੱਕ ਕਵਿਤਾ ਹਮਾਰਾ ਦੇਸ਼ ਦੀ ਸਾਰੇ ਭਾਸ਼ਾ ਵਿੱਚ ਮੈਂ ਅਨੁਵਾਦ ਕਰਕੇ ਲੋਕਾਂ ਨੂੰ ਦੱਸਾਂਗਾ ਪੰਜਾਬੀ ਭਾਸ਼ਾ ਵਿਰਾਸਤ ਕਿੰਨੀ ਅਮੀਰ ਹੋ ਸਕਦੀ ਹੈ। ਸ਼ਿਵ ਕੁਮਾਰ ਬਟਾਲਵੀ ਦੀ ਦਰਦ ਮੇਰੇ ਕੰਨੜ ਭਾਸ਼ਾ ਤੱਕ ਮੈਂ ਪਹੁੰਚਾਵਾਂਗਾ। ਸ਼ਿਵ ਕੁਮਾਰ ਬਟਾਲਵੀ ਲਿਖਦੇ ਨੇ, ਮੇਰੇ ਚੁੱਪੀ ਸੰਗ ਸੌ ਜਨਮਾਂ ਤੋਂ ਯਾਰੀ ਹੈ, ਮੈਂ ਤਾਂ ਸੁਪਨੇ ਦੇ ਅੱਖ ਵਿੱਚ ਸਾਰੀ ਉਮਰ ਗੁਜ਼ਾਰੀ ਹੈ। ਦਰਦ ਦੇਖੋ, ਇਹ ਦਰਦ ਨੂੰ ਮੈਂ ਕਰਨਾਟਕ ਤੱਕ ਲੈ ਕੇ ਜਾਵਾਂਗਾ। ਸੰਤ ਰਾਮ ਉਦਾਸੀ ਲਿਖਦੇ ਨੇ, ਕਰਵੇ ਦੇ ਵਰਤਾ ਤੋਂ ਲੈ ਆਏ ਤਲਵਾਰਾਂ ਮਾਂ ਸੂਟਾਂ ਦਾ ਰਿਵਾਜ਼ ਹੋਣ ਗਿਆ। ਪਾਸ਼ ਲਿਖਦੇ ਨੇ, ਸਭ ਤੋਂ ਖਤਰਨਾਕ ਹੈ, ਸਭ ਤੋਂ ਖਤਰਨਾਕ ਹੈ ਚੁੱਪ ਰਹਿਣਾ, ਨਾ ਇਨਸਾਫ਼ ਨੂੰ ਸਹਿਣਾ, ਸਭ ਤੋਂ ਖਤਰਨਾਕ ਹੈ। ਪੰਜਾਬੀ ਨਾਲ ਧੱਕਾ ਹੋ ਰਿਹਾ ਹੈ, ਪੰਜਾਬੀ ਲੋਕ ਚੁੱਪ ਬੈਠੇ ਨੇ, ਸਭ ਤੋਂ ਖਤਰਨਾਕ ਹੈ। ਇਹ ਹਰ ਜਗ੍ਹਾ ਬੱਚਿਆਂ ਵੱਡਿਆਂ ਨੂੰ ਰੋਕ ਕੇ ਪੰਜਾਬੀ ਦੀ ਮਹੱਤਤਾ ਬਾਰੇ ਦੱਸਦੇ ਹਨ, ਪੰਜਾਬੀ ਲਿਖਵਾਉਂਦੇ ਹਨ, ਅਤੇ ਜਿਹੜੇ ਬੱਚੇ ਸਹੀ ਤਰੀਕੇ ਨਾਲ 35 ਲਿਖਦੇ ਹਨ ਅਤੇ ਬੋਲਦੇ ਹਨ, ਉਹਨਾਂ ਨੂੰ ਪੰਡਿਤ ਜੀ ਆਪਣੇ ਵੱਲੋਂ 35 ਰੁਪਏ ਇਨਾਮ ਵਜੋਂ ਦਿੰਦੇ ਹਨ। ਹਾਂ, ਪਪਾ ਕਹਾਂ ਲਿਖ ਦਿਆ ਆਪਣੇ, ਪਪਾ ਕਿਉਂ ਮਿਸ ਕੀਆ, ਪਪਾ ਕਹਾਂ, ਕਿੱਥੇ ਹੈ ਪਪਾ, ਪਪਾ ਦੀ ਲਾਈਨ ਹੀ ਗਾਇਬ ਹੋਇਆ ਤੁਹਾਡਾ, ਪਪਾ ਪਪਾ ਬਾਬਾ, ਦੁਬਾਰਾ ਲਿਖੋ, ਟੈਂਕਾ ਛੱਟਾ ਡੱਡਾ ਡੱਡਾ ਤੱਤਾ ਦੱਦਾ ਦੱਦਾ ਨਾਨਾ, ਸ਼ਾਬਾਸ਼, ਤਾਲੇ ਮਾਰੋ ਭਾਈ, ਇਸ 35 ਰੁਪਏ ਮਿਲੇਗੇ ਇਸ ਕੋ, ਲੈ ਲਓ, ਟੈਂਕਾ ਛੱਟਾ ਡੱਡਾ ਡੱਡਾ ਨਾਨਾ।
ਪੰਜਾਬੀ ਭਾਸ਼ਾ ਨੂੰ ਉੱਪਰ ਚੱਕਣ ਲਈ ਪੰਡਿਤ ਰਾਓ ਜੀ ਆਪਣੀ ਤਨਖਾਹ ਦਾ 40% ਫਲੈਕਸ ਬੋਰਡ ਬਣਾਉਣ, ਬੱਚਿਆਂ ਨੂੰ 35 ਰੁਪਏ ਇਨਾਮ ਵਜੋਂ ਦੇਣ ਅਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਹੋਰ ਸਾਧਨਾਂ ਲਈ ਵਰਤਦੇ ਹਨ। ਸਿੱਝਦਾ ਹੈ ਇਸ ਇਨਸਾਨ ਦੀ ਸੋਚ ਨੂੰ। ਸਾਨੂੰ ਪੰਜਾਬੀਆਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਇਸ ਇਨਸਾਨ ਤੋਂ। ਨਿਊਜ਼ ਨੰਬਰ .com ਪੰਡਿਤ ਰਾਓ ਧਰੇਂਦਰ ਜੀ ਦੀ ਇਸ ਕੋਸ਼ਿਸ਼ ਨੂੰ ਸਲਾਮ ਕਰਦਾ ਹੈ।